पंजाब सरकार वालों लोगों वालों दबिया नजायज जमीना पंचायती जमीना छुड़ाने का सिलसिला लगातार जारी है। लाल जी दास भुल्लर कैबिनेट मंत्री वालों ब्लाक डेरा वसी दिन पैंदे एक पिंड 100 एकड़ के करीब जमीन लोगों नजायज कब्जे छड़ाए गए। अब ट्रैक्टर चला के कब्जे छड़ाए और थोन दिखाने मौके दी तस्वीर किस तरह कैबिनेट मंत्री वालों जमीन छड़ाई जा रही हैं। ਹੁੰਦੀਆਂ ਰਹੀਆਂ ਮਾਈਨਿੰਗਾਂ ਪਰ ਜਦੋਂ ਹਾਈ ਕੋਰਟ ਦਾ ਮੈਟਰ ਹੋਵੇ ਹਾਈ ਕੋਰਟ ਦੇ ਮੈਟਰ ਕਾਰਨ ਹੀ ਇਹ ਜ਼ਮੀਨਾਂ ਰੁਕੀਆਂ ਰਹੀਆਂ ਤੇ ਅੱਜ ਸਾਡੀ ਸਰਕਾਰ ਇਮਾਨਦਾਰ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਤਾਂ ਹੀ ਕਬਜ਼ੇ ਲਏ ਜਾ ਰਹੇ ਆ। ਅੱਜ ਇਹ ਜਿਹੜੀ 100 ਏਕੜ ਜ਼ਮੀਨ ਆ ਤੁਸੀਂ ਵੇਖ ਸਕਦੇ ਲਾਗੇ ਰਹਿਸ਼ ਆ ਪ੍ਰਾਈਮ ਲੋਕੇਸ਼ਨ ਆ ਜੀ ਇਹ ਲਗਭਗ 100 ਕਰੋੜ ਦੀ ਜ਼ਮੀਨ ਹੈ ਜਿਹੜੀ ਇਹ 100 ਏਕੜ ਜ਼ਮੀਨ ਹੈ 100 ਕਰੋੜ ਦੀ ਜ਼ਮੀਨ ਹੈ ਤੇ ਇਸੇ ਤਰ੍ਹਾਂ ਹੀ ਹੋਰ ਵੀ ਜਿੰਨੀਆਂ ਜ਼ਮੀਨਾਂ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਉਹ ਪੰਚਾਇਤ ਦੀਆਂ ਜੇ ਲੋਕਾਂ ਦੇ ਕਬਜ਼ਿਆਂ 'ਚ ਆ ਜੇ ਕੋਈ ਮਾਈਨਿੰਗ ਹੋਈ ਆ ਹੁਣ ਇੱਥੇ ਚਿੜੀ ਫੜਕ ਕੇ ਵਿਖਾਵੇ ਜਿਹੜਾ ਕੋਈ ਇੱਥੇ ਬੋਲਦਾ ਨਾ ਉਹ ਚਿੜੀ ਫੜਕਾ ਕੇ ਵਿਖਾਵੇ ਇੱਥੇ ਕੋਈ ਮਾਈਨਿੰਗ ਕਰਾ ਕੇ ਵਿਖਾਵੇ ਸਾਹਿਬ ਇੱਥੇ ਹੁਣ ਵੀ ਕਨੈਕਸ਼ਨ ਸੀ ਜਿਹੜੀਆਂ ਮਾਈਨਿੰਗਾਂ ਹੁੰਦੀਆਂ ਰਹੀਆਂ ਇਹ ਪੁਰਾਣਿਆਂ ਰਵਾਇਤੀਆਂ ਦੀਆਂ ਸ਼ਹਿ ਤੇ ਹੁੰਦੀਆਂ ਰਹੀਆਂ ਇਹ ਪੁਰਾਣਿਆਂ ਰਵਾਇਤੀਆਂ ਦੀ ਸ਼ਹਿ ਤੇ ਹੁੰਦੀਆਂ ਰਹੀਆਂ ਹੁਣ ਹੀ ਮਾਈਨਿੰਗਾਂ ਹੁੰਦੀਆਂ ਰਹੀਆਂ ਹੁਣ ਆਉਣ ਵਾਲੇ ਸਮੇਂ 'ਚ ਕੋਈ ਮਾਈਨਿੰਗ ਕਰਕੇ ਵਿਖਾਵੇ ਇੱਥੇ ਚਿੜੀ ਵੀ ਫੜਕ ਕੇ ਵਿਖਾਵੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਸਾਡੀ ਜ਼ਮੀਨ ਆ ਇਹਦਾ ਕੋਰਟ ਦਾ ਮੈਟਰ ਆ ਜਾਂ ਕੋਈ ਅਦਾਲਤ ਦੇ ਵਿੱਚ ਮੈਟਰ ਉਹਨੂੰ ਖਤਮ ਕਰਕੇ ਅਸੀਂ ਇਹ ਜਿਹੜੇ ਆ ਕਬਜ਼ੇ ਲੈਣੇ ਆ ਦਖਲ ਲਵਾਂਗੇ ਪਰ ਜਿੱਥੇ ਕਾਨੂੰਨ ਦੇ ਵਿੱਚ ਡਿੱਕਾ ਬੰਦਾ ਮੈਂ ਫੇਰ ਅੱਗੇ ਵੀ ਜਦੋਂ ਅਸੀਂ ਕਿਤੇ ਦਖਲ ਲੈਂਦੇ ਹਾਂ ਇਹ ਗੱਲ ਕਹਿੰਦਾ ਨਾ ਸਾਡੇ ਜਿਹੜੇ ਅਧਿਕਾਰੀ ਆ ਕੁਝ ਨਾ ਕੁਝ ਜਾਂ BDO ਸੈਕਟਰੀ ਜਾਂ ਕੋਈ DDPO ਜਦੋਂ ਕੋਈ ਗਲਤ ਫੈਸਲੇ ਕਰਦਾ ਗਲਤ ਪੇਪਰ ਲਾ ਕੇ ਇਹ ਲੋਕ ਅਦਾਲਤਾਂ ਦਾ ਸਹਾਰਾ ਲੈ ਕੇ ਲੈ ਆਉਂਦੇ ਆ ਸਟੇ ਵਰੰਟ ਲੈ ਆਉਂਦੇ ਆ ਸਟੇ ਲੈ ਆਉਂਦੇ ਆ ਮੈਂ ਉਹਨਾਂ ਅਧਿਕਾਰੀਆਂ ਨੂੰ ਕਹਿੰਦਾ ਕਿ ਜੇ ਅੱਗੇ ਤੋਂ ਤੁਸੀਂ ਕਿਸੇ ਨੂੰ ਕੋਈ ਗਲਤ ਕਾਗਜ਼ ਤਿਆਰ ਕਰਕੇ ਦਿੱਤਾ ਕੁਝ ਵੀ ਉਹਨਾਂ ਅਧਿਕਾਰੀਆਂ 'ਤੇ ਵੀ ਸਖ਼ਤ ਕਾਰਵਾਈ ਕਰਾਂਗੇ।